ਤਾਂ ਯੂਟਿਊਬਰ ਔਰ ਬਿਗ ਬੌਸ ਵਿਨਰ ਐਲਵਿਸ਼ ਯਾਦਵ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਐਲਵਿਸ਼ ਯਾਦਵ ਨੂੰ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਜੀ ਹਾਂ, 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਰਹੇਗਾ ਐਲਵਿਸ਼ ਯਾਦਵ। ਦੇਖ ਸਕਦੇ ਹੋ ਕਿਵੇਂ ਪਹਿਲਾਂ ਤਾਂ ਪੇਸ਼ੀ ਹੁੰਦੀ ਹੈ, ਪਹਿਲਾਂ ਪੁਲਿਸ ਦੇ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ, ਬਾਅਦ ਦੇ ਵਿੱਚ ਪੁਲਿਸ ਨੇ ਕੋਰਟ ਦੇ ਵਿੱਚ ਪੇਸ਼ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਜਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸਦੀ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਹੱਸਦਾ ਹੋਇਆ ਦੇਖੋ ਕਿਵੇਂ ਦਿਖਾਈ ਦੇ ਰਿਹਾ ਹੈ ਐਲਵਿਸ਼ ਯਾਦਵ। ਦਰਅਸਲ ਤੁਹਾਨੂੰ ਦੱਸ ਦਈਏ ਕਿ ਐਲਵਿਸ਼ ਯਾਦਵ 'ਤੇ ਜ਼ਹਿਰੀਲੇ ਸੱਪਾਂ ਦੀ ਸਪਲਾਈ, ਉਸਦਾ ਦੇ ਜ਼ਹਿਰ ਦੀ ਸਪਲਾਈ ਦੇ ਇਲਜ਼ਾਮ ਲੱਗੇ ਨੇ, ਜਿਸ ਤੋਂ ਬਾਅਦ ਕਈ ਦਿਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਨੋਇਡਾ ਦੇ ਵਿਖੇ ਇਹਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਹੁਣ ਨੋਇਡਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਕੋਰਟ ਨੇ। ਤਾਂ 14 ਦਿਨਾਂ ਤੱਕ ਪੁੱਛਗਿੱਛ ਚੱਲੇਗੀ, ਸਾਹਮਣੇ ਆਏਗਾ ਕਿ ਜ਼ਹਿਰੀਲੇ ਸੱਪਾਂ ਦੀ, ਜਿਹੜੇ ਅਬੈਂਡਨਡ ਸੱਪ ਨੇ ਯਾਨੀ ਕਿ ਜਿਨ੍ਹਾਂ ਸੱਪਾਂ 'ਤੇ ਪਾਬੰਦੀ ਲੱਗੀ ਹੋਈ ਹੈ ਉਹਨਾਂ ਦੀ ਸਪਲਾਈ 'ਤੇ ਐਲਵਿਸ਼ ਯਾਦਵ ਦੇ ਬਾਰੇ ਕੀ ਖੁਲਾਸੇ ਹੁੰਦੇ ਨੇ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਪਹਿਲੀਆਂ ਤਸਵੀਰਾਂ ਤੁਹਾਨੂੰ ਨਿਊਜ਼ 18 'ਤੇ ਦਿਖਾ ਰਹੇ ਹਾਂ ਜਿੱਥੇ ਐਲਵਿਸ਼ ਯਾਦਵ ਦੇ ਖਿਲਾਫ 284, 299, 120 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਸੈਕਟਰ 20 ਦੇ ਵਿੱਚ ਗ੍ਰਿਫਤਾਰੀ ਹੋਈ ਸੀ, ਸੈਕਟਰ 20 ਦਾ ਜਿਹੜਾ ਥਾਣਾ ਹੈ ਨੋਇਡਾ ਦੇ, ਉੱਥੇ ਗ੍ਰਿਫਤਾਰੀ ਹੋਈ, ਜਿਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਕੋਰਟ ਨੇ ਹੁਣ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਤਾਂ ਫੇਮਸ ਯੂਟਿਊਬਰ ਐਲਵਿਸ਼ ਯਾਦਵ, ਬਿਗ ਬੌਸ ਵਿਜੇਤਾ ਐਲਵਿਸ਼ ਯਾਦਵ, ਹੁਣੇ ਬੀਤੇ ਦਿਨਾਂ ਦੇ ਵਿੱਚ ਵਿਵਾਦਾਂ 'ਚ ਰਹੇ ਸੀ, ਇੱਕ ਯੂਟਿਊਬਰ ਦੇ ਨਾਲ ਲੜਾਈ ਦੀ ਵੀਡੀਓ ਵਾਇਰਲ ਹੋਈ, ਜਿਸ ਤੋਂ ਬਾਅਦ ਰਾਜ਼ੀਨਾਮਾ ਵੀ ਅਗਲੇ ਦਿਨ ਹੋ ਗਿਆ ਅਤੇ ਹੁਣ ਫਿਰ ਚਰਚਾ ਦਾ ਵਿਸ਼ਾ ਬਣ ਗਏ ਨੇ ਐਲਵਿਸ਼ ਯਾਦਵ। ਦੇਖੋ ਕਿਵੇਂ ਹੱਸਦੇ ਹੋਏ ਕੋਰਟ ਦੇ ਵਿੱਚ ਪੇਸ਼ ਹੋ ਰਹੇ ਨੇ। ਇਹਨਾਂ ਦੇ ਵੱਲੋਂ ਆਪਣੇ ਯੂਟਿਊਬ 'ਤੇ ਇੱਕ ਵੀਡੀਓ ਵੀ ਪਾਈ ਗਈ ਸੀ ਜਦ ਸਭ ਤੋਂ ਪਹਿਲੀ ਵਾਰ ਐਲਵਿਸ਼ ਯਾਦਵ ਦਾ ਨਾਮ ਆਇਆ ਇਸ ਕੇਸ ਦੇ ਵਿੱਚ, ਇਸ ਸੱਪਾਂ ਦੇ ਜ਼ਹਿਰ ਦੇ ਕੇਸ ਦੇ ਵਿੱਚ ਜਦ ਨਾਮ ਐਲਵਿਸ਼ ਯਾਦਵ ਦਾ ਅਤੇ ਫਾਜ਼ਲਪੁਰੀਆ ਦਾ ਆਇਆ ਤਾਂ ਐਲਵਿਸ਼ ਯਾਦਵ ਨੇ ਵੀਡੀਓ ਪਾ ਕੇ ਕਿਹਾ ਸੀ ਕਿ ਅਗਰ 1% ਵੀ ਮੇਰਾ ਇਹ ਸੱਪਾਂ ਦੀ ਸਪਲਾਈ 'ਚ ਹੱਥ ਹੋਵੇ ਤਾਂ ਮੈਂ ਆਪਣਾ ਸਾਰਾ ਕੁਝ ਤਿਆਗਣ ਨੂੰ ਤਿਆਰ ਹਾਂ। ਤਾਂ ਹੁਣ ਵੇਖਣਾ ਇਹ ਹੋਵੇਗਾ ਕਿ 14 ਦਿਨਾਂ ਦੀ ਨਿਆਂਇਕ ਹਿਰਾਸਤ ਤੋਂ ਬਾਅਦ ਐਲਵਿਸ਼ ਯਾਦਵ ਦੇ ਬਾਰੇ ਕੀ ਖੁਲਾਸੇ ਹੁੰਦੇ ਨੇ, ਪੁਲਿਸ ਕੀ ਕੁਝ ਜੁਟਾ ਪਾਉਂਦੀ ਹੈ ਜਾਂਚ ਦੇ ਵਿੱਚ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਹਨਾਂ ਚਿਰ ਦੇਖੋ ਇਹ ਤਸਵੀਰਾਂ ਜੋ ਨੋਇਡਾ ਤੋਂ ਸਾਹਮਣੇ ਆ ਰਹੀਆਂ ਨੇ, ਨੋਇਡਾ ਕੋਰਟ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪੁਲਿਸ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਲੈ ਕੇ ਚੱਲੀ ਹੈ।